हर वार की तरह पलक शर्मा कोई ना कोई संदेश लेके आती है, लोगों को जाणू करवाती रहती है। इसे तरह ही बच्ची पलक शर्मा, पिता का नाम बलविंदर कुमार, जो कि 8वीं जमात स्कूल JNV लंगोवाल पिंड गुरदीतपुरा नाभा की विद्यार्थन है, ने जिंदगी जीवन बारे संदेश दिता। आओ तो भी सुनाते हाँ की कहना है इस छोटी बच्ची पलक का। गुड मॉर्निंग ऑल ऑफ यू, माइसेल्फ पलक। I am a student of JNV Longowal in 8th class. Today I am going to share a Dogri speech with you. ए जिंदगी के चीज है, बड़ी अजीब चीज है। जड़े तो बूहे बाहे दे लोग ने ओ तलाक दे चक्कर च ने, ते जड़े बेचारे कवारे लोग ने उन्हें के ब्याह करने दा चा चढ़दा है। जड़े निक्के बच्चे ने ओ चांदे किसी चट्टी कुंगली कमाचे कैसे बड़े हो जाइए ते जेडे बुजुर्ग ने उनी सोच यही है कि कोस वेले एक टाइम मिलिए जिथे से दोबारा अपने बचपन विच चलिया चे। जेडे नौकरी करांदे ने ओ अपने काम कोनो परेशान ने, ते जेडे बेचारे बेकार फिरांदे ने ओदी लब्या तो यही अरदास है कि कोस वेले रब्बा सानू नौकरी थो। ਜਿਹੜੇ ਅਮੀਰ ਲੋਕ ਹੈ ਨਾ ਉਹ ਸਕੂਨ ਉਹ ਨਹੀਂ ਨਹੀਂ ਉਹ ਬਸ ਇਹੋ ਢੂੰਡਦੇ ਰਹਿੰਦੇ ਕਿ ਕੋਸ ਵੇਲੇ ਇੱਕ ਸਕੂਨ ਦਾ ਟਾਈਮ ਜਿਹੜਾ ਉਹ ਸਾਨੂੰ ਥੋਈਏ। ਪਰ ਜਿਹੜਾ ਗਰੀਬ ਹੈ ਉਹਨੇ ਕਿ ਅਮੀਰ ਬਣਨੇ ਦੀ ਢੋਲ ਹੈ। ਜਿਹੜਾ ਬੰਦਾ ਬਹੁਤ ਮਸ਼ਹੂਰ ਹੈ ਨਾ ਉਹ ਲੁਕਦਾ ਹੈ, ਉਹ ਛੁਪਦਾ ਹੈ, ਉਹ ਸ਼ੋਰ ਅੱਗੇ ਆਉਣਾ ਨਹੀਂ ਚਾਹੁੰਦਾ। ਉਹ ਚਾਹੁੰਦਾ ਹੈ ਇੱਕ ਸਕੂਨ ਜਾਂ ਖਾਲੀ ਕਮਰਾ ਜਿੱਥੇ ਮੈਂ 4 ਦਿਨ ਜਿਹੜੇ ਹੈ ਉਹ ਟਿਕਾਈ ਦੇ ਕੱਟੀ ਸਕਾਂ। ਪਰ ਜਿਹੜਾ ਲੂਰ ਲੂਰ ਫਿਰਦਾ ਰਹਿੰਦਾ ਹੈ ਉਹਨੇ ਕਿ ਮਸ਼ਹੂਰ ਹੋਣੇ ਦਾ ਬੜਾ ਚਾਅ ਹੈ। ਤਾਂ ਇਹ ਜ਼ਿੰਦਗੀ ਕੀ ਚੀਜ਼ ਹੈ ਇਹ ਸਾਨੂੰ ਓਹਲੇ ਸਮਝ ਆਉਣੀ ਹੈ, ਇਹ ਜਿਵੇਂ ਚਲੀ ਆਉਣੀ ਹੈ। ਤੇ ਮੈਂ ਇਹੋ ਆਖਗੀ ਕਿ ਇਸ ਜ਼ਿੰਦਗੀ ਨੇ ਰੱਬ ਨੇ ਤੁਹਾਨੂੰ ਜੋ ਕੁਝ ਵੀ ਦਿੱਤਾ ਨਾ ਬੜੀ ਸੋਚੀ ਸਮਝੀ ਦਿੱਤਾ ਹੈ। ਇਸ ਜ਼ਿੰਦਗੀ ਨੇ ਇਸ ਰੱਬ ਨੇ ਬੜੀ ਸੋਚੀ ਸਮਝੀ ਹਰ ਇੱਕ ਦੀ ਜ਼ਿੰਦਗੀ ਵਿੱਚ ਚੀਜ਼ਾਂ ਜਿਹੜੀਆਂ ਹੈ ਉਹ ਦਿੱਤੀਆਂ ਨੇ। ਤਾਂ ਉਹਨਾਂ ਚੀਜ਼ਾਂ ਦੀ ਕਦਰ ਕਰੋ ਕਿ ਇਹਨਾਂ ਖੁਸ਼ੀਆਂ ਨੇ ਸਾਨੂੰ ਇੰਨਾ ਨਹੀਂ ਲਈ ਆਉਣਾ। ਇਹ ਇੱਕ ਦੂਏ ਕਿ ਦੇਖੀ ਦੇਖੀ ਆਏਗੀ ਕਿ ਹੋਰ ਹੀ ਜ਼ਿਆਦਾ ਬਿਹਤਰ ਹੈ ਤੇ ਮੈਂ ਪਿੱਛੇ ਰਹੀ ਹਾਂ। ਅਗਰ ਉਸੇ ਰੱਬ ਨੇ ਕੁਛ ਜ਼ਿਆਦਾ ਦਿੱਤਾ ਹੈ ਨਾ ਤਾਂ ਤੁਸੀਂ ਕਿਸੇ ਔਰ ਚੀਜ਼ 'ਚ ਕੁਛ ਜ਼ਿਆਦਾ ਦਿੱਤਾ ਹੈ ਜੋ ਉਸੇ ਨਹੀਂ ਥੋਇਰਾ ਹੋਗਾ। ਤਾਂ ਉਹਨਾਂ ਚੀਜ਼ਾਂ ਦੀ ਕਦਰ ਕਰੋ। ਐਨਾ ਸਾਡੇ ਵੱਡੇ ਆਖਦੇ ਕਿ ਜਿੰਨੀ ਕੀ ਚਾਦਰ ਹੈ ਨਾ ਉਨੇ ਕੀ ਪੈਰ ਜਿਹੜੇ ਆ ਉਹ ਫੈਲਾਉਣੇ ਚਾਹੀਦੇ ਆ। ਤਾਂ ਜਿੰਨਾ ਕੁਛ ਵੀ ਤੁਹਾਡੇ ਕੋਲ ਹੈ ਨਾ, ਜਿੰਨਾ ਰੱਬ ਨੇ ਤੁਹਾਨੂੰ ਦਿੱਤਾ ਹੈ ਨਾ, ਉਹਦੇ ਵਿੱਚ ਖੁਸ਼ੀਆਂ ਲੱਭੋਗੇ ਤਾਂ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਖੁਸ਼ੀ ਖੁਸ਼ੀ ਕਰਕੇ ਬੀਤੀ ਆ। ਪਰ ਜੇ ਸੜਦੇ ਰਹੋਗੇ ਇੱਕ ਦੂਏ ਕੀ ਦੇਖੀ ਦੇਖੀ ਤਾਂ ਸੜਦੇ ਸੜਦੇ ਇਸ ਦੁਨੀਆਂ ਤੋਂ ਚਲੀ ਆਗੇ। ਧੰਨਵਾਦ।